सो तुहानूं दस दिए कि पंजाब दे मुख्यमंत्री कैप्टन अमरिंदर सिंह ते पंजाब कांग्रेस की अपील के बावजूद किसान पंजां दिनां दे लई दिन रात सड़कां ते। सूबे के किसानों को मुख्यमंत्री कैप्टन अमरिंदर सिंह वल्लों प्रदर्शन ना करन दी अपील का कोई असर होया नहीं जाप रहा, क्योंकि किसान जथेबंदियां कैप्टन दी अपील के बावजूद सूबा सरकार के खिलाफ सड़कां ते उतर आईयां ने। किसानों वल्लों वादे मुताबक सारा कर्जा माफ करन दी मंग कीती जा रही है। पंजाब दे मुख्यमंत्री कैप्टन अमरिंदर सिंह दी अपील दे बाद भी किसान जथेबंदियां धरने कर रहियां ने। खजाना मंत्री मनप्रीत बादल दे हलके बठिंडा विच किसान डीसी दफ्तर दे बाहर 26 तरीक तक दिन रात बैठे रहणगे। इन्हां दीआं मंगां ने किसान कर्ज माफी, आवारा पशुआं दी समस्या दा निपटारा ते नौजवानां दे लई रोजगार। वोटां वेले वादा करिया सी, उदों खजाना भरिया वा सी, उदों खजाना डुल्ली जांदा सी, अज कहिंदा खजाना खाली है, क्योंकि खजाना इह वड्डिआं वास्ते वंडणा है, ਸਾਡੇ ਵਾਸਤੇ ਹੈ ਨਹੀਂ। ਇਸ ਕਰਕੇ ਅਸੀਂ ਕਹਿੰਦੇ ਵੀ ਉਹ ਖਜ਼ਾਨੇ ਸਾਰਾ ਕੁਛ ਹੈ ਜੇ ਵੱਡੇ ਸਰਮਾਏਦਾਰਾਂ ਨੂੰ ਦੇਣਾ, ਖਜ਼ਾਨਾ ਭਰਿਆ ਵਾ, ਗਰੀਬ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੇਣਾ, ਛੋੜ ਕਰਨੀ ਕੋਈ ਖਜ਼ਾਨੇ 'ਚ ਕੁਛ ਨਹੀਂ। ਇਸ ਕਰਕੇ ਅਸੀਂ ਕਹਿੰਦੇ ਵੀ ਸਰਕਾਰ ਇਹ ਜਿਹੜਾ ਵਾਅਦਾ ਕਰਿਆ ਵੋਟਾਂ ਤੋਂ ਪਹਿਲਾਂ 2000 ਪੈਨਸ਼ਨ ਅਵਾਰਾ ਪਸ਼ੂਆਂ ਦਾ ਹੱਲ ਕਰੇ, ਕਰਜ਼ੇ 'ਤੇ ਲੀਖ ਮਾਰੇ। ਇਸੇ ਤਰ੍ਹਾਂ ਮੋਗਾ ਵਿੱਚ ਵੀ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਡੇਰੇ ਲਾ ਰਹੇ ਨੇ। 5 ਦਿਨਾਂ ਤੱਕ ਚੱਲਣ ਵਾਲੇ ਮੁਜ਼ਾਹਰੇ ਦੇ ਲਈ ਕਿਸਾਨ ਟੈਂਟ ਗੱਢ ਕੇ ਡੇਰਾ ਲਾ ਚੁੱਕੇ ਨੇ। ਇਸੇ ਦੇ ਬਾਅਦ ਅਗਲੀ ਰਣਨੀਤੀ ਘੜੀ ਜਾਵੇਗੀ। ਇਸੇ ਤਰ੍ਹਾਂ ਮਾਨਸਾ ਵਿੱਚ ਵੀ ਧਰਨਾ ਪ੍ਰਦਰਸ਼ਨ ਦੀ ਸ਼ੁਰੂਆਤ ਕਰਦੇ ਹੋਏ ਕੈਪਟਨ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਯਾਦ ਦਿਵਾਏ ਜਾ ਰਹੇ ਨੇ। ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ, ਅਵਾਰਾ ਪਸ਼ੂਆਂ ਦੀ ਵੱਡੀ ਸਮੱਸਿਆ ਇਹਦਾ ਹੱਲ ਹੋਵੇ, ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਨੌਕਰੀਆਂ ਜਿਹੜੀਆਂ ਵਾਅਦੇ ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾਂ ਕੀਤੇ ਹੈ, ਉਹ ਵਾਅਦੇ ਲਾਗੂ ਕਰਾਉਣ ਵਾਸਤੇ, ਵਾਅਦੇ ਯਾਦ ਕਰਾਉਣ ਵਾਸਤੇ, ਵਾਅਦਿਆਂ 'ਤੇ ਪਹਿਰਾ ਦਿਵਾਉਣ ਵਾਸਤੇ 5 ਰੋਜ਼ਾ ਜਿਹੜਾ ਧਰਨਾ ਲਾ ਕੇ ਸਰਕਾਰ ਨੂੰ ਜਗਾਉਣਾ ਹੈ। ਅਸਲ 'ਚ ਵੋਟਾਂ ਲੈਣ ਵੇਲੇ ਲੋਕਾਂ ਨੂੰ ਧੋਖਾ ਦਿੱਤਾ ਸੀ, ਗੁਰੂ ਗ੍ਰੰਥ ਸਾਹਿਬ ਨਾਲ ਵੀ ਧੋਖਾ ਕੀਤਾ ਹੈਗਾ। ਇਸ ਕਰਕੇ ਅਸੀਂ ਕਹਿੰਦੇ ਵੀ ਸਾਡਾ ਧਰਨਾ ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ, ਹੁਣ ਆਜ਼ਾਦ ਕਰਾਉਣ ਵਾਸਤੇ 5 ਦਿਨਾਂ ਦਾ, ਉਦੋਂ ਬਾਅਦ ਹੋਰ ਸੰਘਰਸ਼ ਤੇਜ਼ ਕਰਾਂਗੇ। ਵਾਅਦੇ ਪੂਰੇ ਨਾ ਹੋਣ 'ਤੇ ਕਿਸਾਨ ਸੰਘਰਸ਼ ਜਾਰੀ ਰੱਖਣ ਦੀ ਗੱਲ ਕਹਿ ਰਹੇ ਨੇ। ਦੂਜੇ ਪਾਸੇ 7 ਫਰਵਰੀ ਨੂੰ 7 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਪੂਰੇ ਪੰਜਾਬ ਵਿੱਚ 2 ਘੰਟੇ ਦੇ ਲਈ ਰੋਡ ਜਾਮ ਦਾ ਪ੍ਰੋਗਰਾਮ ਤਿਆਰ ਕੀਤਾ ਹੈ। ਬਠਿੰਡਾ ਤੋਂ ਗੋਬਿੰਦ ਸੈਣੀ ਦੇ ਨਾਲ ਗਗਨ ਬਟਲਾ, ਜ਼ੀ ਮੀਡੀਆ, ਮੋਗਾ।